ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਈ ਰਿਕਸ਼ੇ ਦੇ ਅੰਦਰ ਪੁਲਿਸ ਦਾ ਮੁਲਾਜ਼ਮ ਬੈਠਾ ਹੋਇਆ ਕਿਹਾ ਜਾ ਰਿਹਾ ਹੈ ਕਿ ਇਸ ਨੇ ਸ਼ਰਾਬ ਪੀਤੀ ਹੋਈ ਹੈ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਬੇਸੁੱਧ ਹੈ ਤੇ ਇਹ ਰੇਲਵੇ ਸਟੇਸ਼ਨ ਦੇ ਬਾਹਰ ਗਿਰਿਆ ਹੋਇਆ ਮਿਲਿਆ ਜਿਸ ਤੋਂ ਬਾਅਦ ਇਸ ਨੂੰ ਇੱਕ ਈ ਰਿਕਸ਼ਾ ਚਾਲਕ ਨੇ ਚੁੱਕ ਕੇ ਆਪਣੇ ਰਿਕਸ਼ੇ ਦੇ ਵਿੱਚ ਬਿਠਾ ਲਿਆ ਜਿਸ ਤੋਂ ਬਾਅਦ ਇਹ 3 ਘੰਟੇ ਤੱਕ ਈ ਰਿਕਸ਼ੇ ਨੂੰ ਆਲੇ ਦੁਆਲੇ ਘੁਮਾਉਂਦਾ ਰਿਹਾ ਹਾਲਾਂਕਿ ਪੁਲਿਸ ਮੁਲਾਜ਼ਮ ਇਸ ਨੂੰ ਕਦੇ ਕਿਤੇ ਜਾਣ ਲਈ ਤੇ ਕਦੇ ਕਿਤੇ ਜਾਣ ਲਈ ਕਹਿ ਰਿਹਾ ਸੀ ਪਰ ਅੱਕ ਕੇ ਇਸਨੇ ਵੀ ਹੁਣ ਰਸਤੇ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਉਤਾਰ ਦਿੱਤਾ ਹੈ ਤਾਂ ਦੱਸ ਦਈਏ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪੁਲਿਸ ਦਾ ਮੁਲਾਜ਼ਮ ਸ਼ਰਾਬ ਦੇ ਨਸ਼ੇ ਦੇ ਵਿੱਚ ਬੇਸੁੱਧ ਪਾਇਆ ਗਿਆ ਸਟੇਸ਼ਨ ਦੇ ਬਾਹਰ ਇਹ ਗਿਰਿਆ ਹੋਇਆ ਸੀ ਜਿਸ ਤੋਂ ਬਾਅਦ ਇਸਦੀ ਮਦਦ ਕਰਨ ਦੇ ਲਈ ਇੱਕ ਈ ਰਿਕਸ਼ਾ ਚਾਲਕ ਜਦੋਂ ਅੱਗੇ ਆਇਆ ਉਸਨੇ ਆਪਣੇ ਈ ਰਿਕਸ਼ੇ ਦੇ ਵਿੱਚ ਇਸ ਨੂੰ ਬਿਠਾਇਆ ਤਾਂ ਕਿਹਾ ਜਾ ਰਿਹਾ ਕਿ ਇਸਨੇ ਉਸ ਈ ਰਿਕਸ਼ਾ ਚਾਲਕ ਨੂੰ ਵੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਪੁਲਿਸ ਮੁਲਾਜ਼ਮ ਹੈ ਉਹ ਬਿਲਕੁਲ ਹੀ ਬੇਸੁੱਧ ਹੋਇਆ ਪਿਆ ਕਿਹਾ ਜਾ ਰਿਹਾ ਕਿ ਇਸ ਦੀਆਂ ਲੱਤਾਂ ਵੀ ਇਸ ਦਾ ਵਜ਼ਨ ਨਹੀਂ ਸੀ ਝੱਲ ਪਾ ਰਹੀਆਂ ਕੀ ਨਾਂ ਤੁਹਾਡਾ ਰਾਕੇਸ਼ ਕੁਮਾਰ ਆ ਜਿਹੜਾ ਪੁਲਿਸ ਮੁਲਾਜ਼ਮ ਲੈ ਕੇ ਆਏ ਹੋ ਕਿੱਥੋਂ ਲੈ ਕੇ ਆਏ ਹੋ ਇਹਨੂੰ ਸਟੇਸ਼ਨ ਤੋਂ ਲੈ ਕੇ ਆ ਇਹਨੇ ਕਿੱਥੇ ਜਾਣਾ ਸੀਗਾ ਬਸਤੀ ਚੌਕ ਬੋਲਾ ਥਾ ਬਸਤੀ ਚੌਕ ਬੋਲਾ ਥਾ ਕਿਆ ਹੁਆ ਇਸਕੋ ਅਭੀ ਪਤਾ ਨਹੀਂ ਲੱਗ ਰਿਹਾ ਕੋਈ ਹੋਸ਼ ਹੀ ਨਹੀਂ ਕਿਆ ਸ਼ਰਾਬ ਸ਼ੁਰੂ ਪੀ ਹੋਈ ਹੈ दारू ਪੀਆ ਹੁਆ ਕੋਈ दारू ਪੀਆ ਹੁਆ ਕਬ ਸੇ ਆਪ ਸਟੇਸ਼ਨ ਸੇ ਲੈ ਕੇ ਘੁੰਮ ਰਹੇ ਇਸਕੋ ਮੇਰੇ ਕੋ 6:30 ਵਜੇ ਦਾ ਇਸਕੋ ਬਿਠਾਇਆ ਹੁਆ ਥਾ ਅਬ ਟਾਈਮ ਦੇਖ ਲੋ ਕਿਤਨਾ ਹੋ ਗਿਆ ਚਲ ਕੇ 2.5-3 ਘੰਟੇ ਹੋ ਗਏ ਇਸਕੋ ਬਿਠਾਏ ਹੁਏ ਹਾਂਜੀ ਹਾਂਜੀ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਈ ਰਿਕਸ਼ੇ ਦੇ ਅੰਦਰ ਪੁਲਿਸ ਦਾ ਮੁਲਾਜ਼ਮ ਬੈਠਾ ਹੋਇਆ ਕਿਹਾ ਜਾ ਰਿਹਾ ਹੈ ਕਿ ਇਸਨੇ ਸ਼ਰਾਬ ਪੀਤੀ ਹੋਈ ਹੈ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਬੇਸੁੱਧ ਹੈ ਤੇ ਇਹ ਰੇਲਵੇ ਸਟੇਸ਼ਨ ਦੇ ਬਾਹਰ ਗਿਰਿਆ ਹੋਇਆ ਮਿਲਿਆ ਜਿਸ ਤੋਂ ਬਾਅਦ ਇਸ ਨੂੰ ਇੱਕ ਈ ਰਿਕਸ਼ਾ ਚਾਲਕ ਨੇ ਚੁੱਕ ਕੇ ਆਪਣੇ ਰਿਕਸ਼ੇ ਦੇ ਵਿੱਚ ਬਿਠਾ ਲਿਆ ਜਿਸ ਤੋਂ ਬਾਅਦ ਇਹ 3 ਘੰਟੇ ਤੱਕ ਈ ਰਿਕਸ਼ੇ ਨੂੰ ਆਲੇ ਦੁਆਲੇ ਘੁਮਾਉਂਦਾ ਰਿਹਾ ਹਾਲਾਂਕਿ ਪੁਲਿਸ ਮੁਲਾਜ਼ਮ ਇਸ ਨੂੰ ਕਦੇ ਕਿਤੇ ਜਾਣ ਲਈ ਤੇ ਕਦੇ ਕਿਤੇ ਜਾਣ ਲਈ ਕਹਿ ਰਿਹਾ ਸੀ ਪਰ ਅੱਕ ਕੇ ਇਸਨੇ ਵੀ ਹੁਣ ਰਸਤੇ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਉਤਾਰ ਦਿੱਤਾ ਹੈ ਤਾਂ ਦੱਸ ਦਈਏ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪੁਲਿਸ ਦਾ ਮੁਲਾਜ਼ਮ ਸ਼ਰਾਬ ਦੇ ਨਸ਼ੇ ਦੇ ਵਿੱਚ ਬੇਸੁੱਧ ਪਾਇਆ ਗਿਆ ਸਟੇਸ਼ਨ ਦੇ ਬਾਹਰ ਇਹ ਗਿਰਿਆ ਹੋਇਆ ਸੀ ਜਿਸ ਤੋਂ ਬਾਅਦ ਇਸਦੀ ਮਦਦ ਕਰਨ ਦੇ ਲਈ ਇੱਕ ਈ ਰਿਕਸ਼ਾ ਚਾਲਕ ਜਦੋਂ ਅੱਗੇ ਆਇਆ ਉਸਨੇ ਆਪਣੇ ਈ ਰਿਕਸ਼ੇ ਦੇ ਵਿੱਚ ਇਸ ਨੂੰ ਬਿਠਾਇਆ ਤਾਂ ਕਿਹਾ ਜਾ ਰਿਹਾ ਕਿ ਇਸਨੇ ਉਸ ਈ ਰਿਕਸ਼ਾ ਚਾਲਕ ਨੂੰ ਵੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਪੁਲਿਸ ਮੁਲਾਜ਼ਮ ਹੈ ਉਹ ਬਿਲਕੁਲ ਹੀ ਬੇਸੁੱਧ ਹੋਇਆ ਪਿਆ ਕਿਹਾ ਜਾ ਰਿਹਾ ਕਿ ਇਸ ਦੀਆਂ ਲੱਤਾਂ ਵੀ ਇਸ ਦਾ ਵਜ਼ਨ ਨਹੀਂ ਸੀ ਝੱਲ ਪਾ ਰਹੀਆਂ ਕੀ ਨਾਂ ਤੁਹਾਡਾ ਰਾਕੇਸ਼ ਕੁਮਾਰ ਆ ਜਿਹੜਾ ਪੁਲਿਸ ਮੁਲਾਜ਼ਮ ਲੈ ਕੇ ਆਏ ਹੋ ਕਿੱਥੋਂ ਲੈ ਕੇ ਆਏ ਹੋ ਇਹਨੂੰ ਸਟੇਸ਼ਨ ਤੋਂ ਲੈ ਕੇ ਆ ਇਹਨੇ ਕਿੱਥੇ ਜਾਣਾ ਸੀਗਾ ਬਸਤੀ ਚੌਕ ਬੋਲਾ ਥਾ ਬਸਤੀ ਚੌਕ ਬੋਲਾ ਥਾ ਕਿਆ ਹੁਆ ਇਸਕੋ ਅਭੀ ਅਬ ਪਤਾ ਨਹੀਂ ਲੱਗ ਰਿਹਾ ਕੋਈ ਹੋਸ਼ ਹੀ ਨਹੀਂ ਕਿਆ ਸ਼ਰਾਬ ਸ਼ੁਰੂ ਪੀ ਹੋਈ ਹੈ दारू ਪੀਆ ਹੁਆ ਕੋਈ दारू ਪੀਆ ਹੁਆ ਹੈ ਕਬ ਸੇ ਆਪ ਸਟੇਸ਼ਨ ਸੇ ਲੈ ਕੇ ਘੁੰਮ ਰਹੇ ਇਸਕੋ ਮੇਰੇ ਕੋ 6:30 ਵਜੇ ਦਾ ਇਸਕੋ ਬਿਠਾਇਆ ਹੁਆ ਥਾ ਅਬ ਟਾਈਮ ਦੇਖ ਲੋ ਕਿਤਨਾ ਹੋ ਗਿਆ ਚਲ ਕੇ 2.5-3 ਘੰਟੇ ਹੋ ਗਏ ਇਸਕੋ ਬਿਠਾਏ ਹੁਏ ਹਾਂਜੀ ਹਾਂਜੀ